ਤਾਂ ਵੀ ਹਿਸਟਰੀ ਇਸ ਦਾ ਮੇਕਿੰਗ ਅੰਗਰੇਜ਼ੀ, ਠੀਕ ਹੈ, ਤਾਂ ਤੂੰ ਅੰਗਰੇਜ਼ੀ ਗੱਲ ਸੋਚ ਸਕਦੀ ਆ, ਪਰ ਹਿਸਟਰੀ ਬਣ ਗਈ ਆ, ਪੰਜਾਬੀ ਆ ਪਹੁੰਚਿਆ ਕੁਛ ਇਹਨਾਂ ਚ, ਹੁਣ ਮਗਰ ਮਗਰ ਸਾਰੇ ਹੀ ਆ ਜਾਓ ਮੇਰੇ ਵੀਰੇ। Story going on in the backstage Coachella, Kaka Paji and some there. And Laddu ji, banda sambho apna. Hey, 15th anniversary ekdam karange. Laddu ji, Kaka Kaka nahi reha. Laddu ji, please apna Kaka sambho. Ithe Kaka pura pataka pa reha. Kaka paing pataka in Coachella. Paji. ਤੁਹਾਡੇ ਐਵੇਂ ਨਹੀਂ ਰੇ ਪੈਂਦੀ ਇਹਨੂੰ ਗਲਾਈ ਅੱਜ ਕੀ ਸਮਝਾ ਰਹੇ ਸੀ ਉਸ ਗੋਰੀ ਸਾਡੀ ਟਾਈਮਿੰਗ ਸਹੀ ਹੋ ਸਕਦੀ ਸੀ, ਟਾਈਮਿੰਗ ਸਾਨੂੰ ਹੋਰ ਬੈਟਰ ਮਿਲ ਸਕਦੀ ਸੀ, ਬਟ ਇਹ ਵੀ ਠੀਕ ਸੀ ਕਿ ਪਹਿਲੀ ਵਾਰੀ ਹੋ ਰਿਹਾ ਸੀ ਅਤੇ ਸਾਡੀ ਇੰਨੀ ਚੱਲਦੀ ਥੋੜ੍ਹਾ, ਆਪਣਾ ਤਾਂ ਕੁਛ ਕੌਂਸਰਟ ਤਾਂ ਸਾਰਿਆਂ ਦਾ ਸੀ ਇੱਥੇ, ਸੋ ਜਿਹੜਾ ਵੀ ਟਾਈਮ ਆਪਾਂ ਨੂੰ ਮਿਲਿਆ ਸੀ ਉਹ ਓਬਵੀਅਸਲੀ ਸ਼ੁਰੂ ਕਰਨਾ ਸੀ। ਦੈਨ ਤਾਰ ਖਰਾਬ ਹੋ ਗਈ, ਤਾਰ ਕੋਈ ਖਿੱਚ ਖੁੱਚ ਦਿੱਤੀ ਉਹਨਾਂ ਨੇ, 6:50 'ਤੇ ਸਟਾਰਟ ਹੋਣਾ ਸੀ, 7 ਵਜੇ ਸਟਾਰਟ ਹੋ ਜਾਂਦਾ, ਅਤੇ ਪਰ ਉਹ ਵੀ ਠੀਕ ਹੈ, ਅਸੀਂ ਪੱਗ ਸੈੱਟ ਕਰਦੇ ਪਏ ਸੀ, ਦਿਨ ਪਿੱਛੇ ਖੜੇ ਸੀ ਬੈਕ ਸਟੇਜ, ਉਹ ਵੀ ਆ ਗਿਆ, ਲੋਕਾਂ ਲੱਗਾ ਵੀ ਪੱਗ ਪੁੱਗ ਸੈੱਟ ਕਰਕੇ ਜਾਂਦੇ ਸਟੇਜ 'ਤੇ, ਪਰ ਸਾਡੀ ਤਾਂ ਤਾਰ ਉਹਦੀ ਨੱਥੀ ਸੀ ਕੀਬੋਰਡ ਦੀ, ਐਸ ਵਾਈ ਅਸੀਂ ਉੱਥੇ ਖੜ੍ਹੇ ਸੀ ਚੜ੍ਹਨ ਸਟੇਜ 'ਤੇ, ਸੋ ਬਟ ਉਹ ਵੀ ਗੁੱਡ ਮੂਵਮੈਂਟ ਸੀ, ਗਾਣੇ ਤਾਂ ਲੋਕ ਸੁਣਦੇ ਰਹਿੰਦੇ, ਕਈ ਵਾਰੀ ਮੂਵਮੈਂਟ ਵੀ ਵਧੀਆ ਹੁੰਦੀ ਦੇਖਣ ਵਾਲੇ।
ਮੇਰਾ ਟਾਈਮ ਸਟਾਰਟ ਹੋ ਗਿਆ ਯਾ ਅਭੀ ਮੈਨੇ ਬੰਦ ਕੀਤਾ ਵਾਪਸ ਬੰਦ ਕੀਤਾ ਹੈ ਤੁਹਾਡੀ ਨਹੀਂ ਹੁੰਦੀ ਪਰਫਾਰਮੈਂਸ ਦੀ ਐਨਰਜੀ ਆਡੀਅੰਸ ਦੀ ਆਡੀਅੰਸ ਹੀ ਹੁੰਦੀ ਦੇਖਣ ਵਾਲੇ ਦੀ ਸੋ ਜੇ ਉਹ ਉਹ ਮੂਡ 'ਚ ਦੈਨ ਸ਼ੋਅ ਵਧੀਆ ਹਾਂ ਇੱਦਾਂ ਵੀ ਹੁੰਦਾ ਕਿ ਸਮਟਾਈਮ ਯੂ ਹੈਵ ਟੂ ਟੇਕ ਫਿਰ ਤੁਹਾਨੂੰ ਮੂਡ 'ਚ ਕਰਨਾ ਵੀ ਪੈਂਦਾ ਵਾ ਯੂ ਨੋ ਆਈ ਹੈਵ ਟੂ ਡੂ ਦਿਸ ਤੁਹਾਨੂੰ ਹੱਥ ਇੱਦਾਂ ਇੱਦਾਂ ਵੀ ਕਰਨਾ ਪੈਂਦਾ ਸਮਟਾਈਮ ਬਟ ਮੋਸਟਲੀ ਡਿਪੈਂਡ ਫਰੋਮ ਆਡੀਅੰਸ ਵਟ ਦੇ ਹੈਵ So this is the phrase. This is the line. Wow. ਪੰਜਾਬੀ ਆ ਗਏ ਉਹਦੇ ਇਹਨ ਥੱਲੇ ਥੱਲੇ ਟੀ ਸ਼ਰਟ ਪਾ ਕੇ ਅਰੇ ਮੇਰੇ ਐਬਸ ਹੁੰਦੇ ਹੋ ਰਾਈਟ ਨਾਓ ਨੋ ਐਬਸ ਸਲੋ ਮੋਟਾ ਮੋਟਾ ਟੈਕ ਪ੍ਰਿੰਟ ਐਡ ਬਟ ਨੋ ਐਬਸ ਲੁਕਸ ਅਮੇਜ਼ਿੰਗ ਯੈਸ ਯੈਸ ਸਰ ਪੰਜਾਬੀ ਆ ਗਏ ਪੰਜਾਬੀ ਇਹ ਹੁਣ ਪਾਵਾਂਗੇ ਅੰਗਰੇਜ਼ੀ ਅਸੀਂ ਇੱਥੇ ਕੀਤੀ ਸੀ ਐਲੇ ਪਹਿਲਾਂ ਅਸੀਂ ਰੈਸਲ ਕੀਤੀ ਨਹੀਂ ਕਿਉਂਕਿ ਮੈਂ ਸ਼ੂਟ 'ਤੇ ਸੀ ਫਿਲਮ ਸ਼ੂਟ ਕਰਦੇ ਸੀ ਦੈਨ ਅਸੀਂ ਰੈਸਲ ਕਰ ਨਹੀਂ ਪਾਏ ਇੰਡੀਆ ਦੈਨ ਰਾਕੇਸ਼ ਭਾਅ ਜੀ ਨੇ ਸਾਰਾ ਤਿਆਰ ਕੀਤਾ ਸਾਰਾ ਸੈੱਟ ਦੈਨ ਅਸੀਂ ਇੱਥੇ ਆ ਕੇ ਐਲੇ ਰੈਸਲ ਕੀਤੀ ਦੋ ਦਿਨ ਰੈਸਲ ਕੀਤੀ ਅਸੀਂ ਅਤੇ ਬਸ ਫਿਰ ਉਦੋਂ ਬਾਅਦ ਆ ਗਿਆ ਤੁਹਾਡੇ ਸਾਹਮਣੇ ਹੀ ਆ ਬਾਕੀ ਤਾਂ ਫਿਰ ਰੂਟੀਨ ਕੋਈ ਨਹੀਂ ਬਸ ਇੱਕ ਦਿਨ ਮਾੜਾ ਮੋਟਾ ਕਾਰਡੀਓ ਸ਼ਾਰਡੀਓ 'ਚ ਕਰ ਲੈਂਦਾ ਹੁੰਦਾ ਅਤੇ ਇੱਕ ਦਿਨ ਥੋੜ੍ਹੀ ਫੰਕਸ਼ਨਲ ਟ੍ਰੇਨਿੰਗ ਜੀ ਉਹ ਵੀ ਕਾਰਡੀ ਹੁੰਦਾ ਪਤਾ ਨਹੀਂ ਪਰ ਇੱਕ ਦਿਨ ਜਿੱਦਾਂ ਜਿੰਮ 'ਚ ਇੱਕ ਦਿਨ ਆਊਟ ਬਾਹਰ ਨੱਠਣ ਉੱਠਣ ਚਲ ਜਾਈਦਾ ਸੋ ਇੱਥੇ ਵਧੀਆ ਨੱਠਣ ਨੂੰ ਜਗ੍ਹਾ ਹੈਗੀ ਹੋਲੀਵੁੱਡ ਸਾਈਨ ਵਧੀਆ ਔਰ ਉੱਥੇ ਹੀ ਨੱਠ ਕੇ ਆਏ ਸੀ ਦੇਖੋ ਠੀਕ ਆ ਕੁਝ ਜ਼ਿਲ੍ਹਾ ਮੇਲਾ ਹੀ ਆ ਜਿੱਦਾਂ ਮੰਡਾਲੀ ਦਾ ਮੇਲਾ ਦੇਖਣ ਜਾਂਦੇ ਹੁੰਦੇ ਸੀ ਤਾਂ ਸਾਂਝਾ ਰਹਿੰਦੇ ਹੁੰਦੇ ਜਦੋਂ ਤੁਰ ਕੇ ਉਹੀ ਵਾਲਾ ਹਿਸਾਬ ਆ ਪਰ ਜਿਹੜੀ ਸਿਹਤ ਉਹ ਬਹੁਤ ਜ਼ਰੂਰੀ ਇਸ ਲਈ ਰਨਿੰਗ ਅਤੇ ਆਪਦੀ ਜਿਹੜੀ ਜੋਗਿੰਗ ਸ਼ੋਗਿੰਗ ਆ ਜਿਹੜੀ ਤੁਸੀਂ ਕਰਦੇ ਆ ਉਹ ਤੁਸੀਂ ਕਰਕੇ ਰੱਖੋ ਬਾਕੀ ਮੇਲੇ ਤਾਂ ਲੱਗਦੇ ਰਹਿਣੇ ਇਹ ਕੱਲੇ ਮੇਰੇ ਲਈ ਰਹਿ ਗਿਆ ਮੇਰਾ ਮੈਂ ਤਾਂ ਇਹ ਸਾਰੇ ਟੱਬਰ ਲਈ ਆ ਕੀ ਕਹਿੰਦੇ ਹੁੰਦੇ ਆ ਵੈਲਕਮ ਟੂ ਦਾ ਬ੍ਰੇਕਫਾਸਟ ਟੂ ਦਾ ਨਹੀਂ ਇੰਦਾ ਟੂ ਵੈਲਕਮ ਟੂ ਦਾ ਬ੍ਰੇਕਫਾਸਟ ਐਕਚੁਅਲ ਇੰਦਾ ਟੂ ਦਾ ਮੈਂ ਦੁਆਰਾ ਰੱਖਿਆ ਬਹੁਤ ਜ਼ਿੰਦਗੀ ਹੈ ਵੈਲਕਮ ਟੂ ਦਾ ਬ੍ਰੇਕਫਾਸਟ ਹੁਣ ਅਸੀਂ ਤਾਂ ਆਏ ਬ੍ਰੇਕ ਦੇ ਨਾਲ ਫਾਸਟ ਆਈ ਲਵ ਦਿਸ ਕੈਂਡੀ ਆਈ ਲਵ ਕ੍ਰੇਪਸ ਬਰਾਬਰ ਉਤਰੇ ਆ ਉਹਦੀ ਗੱਲ ਸ਼ੁਰੂ ਕਰੋ ਲੈ ਕੇ ਪ੍ਰਭੂ ਦਾ ਨਾਮ ਜੈ ਸਾਹਿਬ ਆ ਜਾਓ ਜੈ ਸਾਹਿਬ ਤਾਂ ਆਏਗਾ ਤੁਸੀਂ ਮਾਈਆਂ ਲੱਗਣ
ਇੰਨਾ ਤਿੰਨ ਬਈ ਅੰਬ ਖਾਣ ਦੇ ਦੋ ਤਰੀਕੇ ਆ, ਇੱਕ ਤਾਂ ਹੈਗਾ ਸ਼ਹਿਰੀ ਤਰੀਕਾ, ਅੱਧਾ ਤਾਂ ਕਰੂੰਗਾ ਇੰਨਾ ਕੁ ਮੈਂ ਸ਼ਹਿਰੀ ਵਰਤ ਲੈਂਦਾ, ਚਮਚੇ ਰੱਖ ਦਿੰਦੇ ਸ਼ਹਿਰਾਂ 'ਚ ਆ ਕੇ। ਪਹਿਲੀ ਵਾਰ ਮੈਂ ਗਿਆ ਇੱਦਾਂ ਆਇਆ ਜੀ, ਉਹਨੇ ਨਾਲ ਚਮਚੇ ਦੇ ਦਿੱਤੇ, ਨਾਲੇ ਆਪ ਅੰਬ ਦੇ ਤਾ ਕੱਟ ਕੇ ਅਤੇ ਆਹ ਸਟੈਲ ਹਮ ਤੁਹਾਨੂੰ ਪਿੰਡ ਵਾਲਾ ਸਟੈਲ ਦਿਖਾਵਾਂ। ਇੱਦਾਂ ਮੈਂ ਪੂਰੀ ਤਰੀਕੇ ਨਾਲ ਜਿਹੜਾ ਅੰਬ ਆ ਉਸਦੀ ਜੜੋਂ ਤੱਕ ਬੜ ਜਾਂਦਾ ਹੈ, ਕੰਮ ਤਾਂ ਨਾ ਆਪਕੋ ਕੌਣ ਸਾ ਅੱਛਾ ਲੱਗਾ, ਮੇਰੇ ਕੋਲ ਹੀ ਅੱਛਾ ਲੱਗਾ। ਥੈਂਕ ਯੂ ਬੋਵੇ ਡਾਊਨ। ਫੇਵਰੇਟ ਮੈਮਰੀ ਐਕਚੁਲੀ ਦੋ ਆ, ਫੇਵਰੇਟ ਇੱਕ ਦੋ ਦੱਸ ਸਕਦਾ ਮੈਂ? ਠੀਕ ਹੈ। ਇੱਕ ਤਾਂ ਜਦੋਂ ਮੈਂ ਐਂਟਰ ਕੀਤਾ ਤਾਂ ਸਾਡੇ ਭੰਗੜੇ ਵਾਲੇ ਮੁੰਡੇ ਕੁੜੀਆਂ ਸੀ, ਉਹ ਪਹਿਲਾਂ ਹੀ ਉੱਥੇ ਸੀਗੇ, ਉਹ ਸਾਰਾ ਹੀ ਜਗ੍ਹਾ ਉਹਨਾਂ ਨੇ ਸਾਡੇ ਵਾਲੇ ਨੇ ਬੰਦੇ ਨੇ ਮੰਨੀ ਸੀ, ਉਹ 40 ਸਾਡੇ ਕੋਲ ਬੰਦੇ ਸੀ ਭੰਗੜੇ ਵਾਲੇ ਮੁੰਡੇ ਕੁੜੀਆਂ। ਸੋ ਇੱਕ ਪਾਸੇ ਉਹ ਮਾਵਾ ਲਾ ਰਹੇ ਸੀਗੇ ਉਹਨੂੰ ਆਪਣੇ ਨੂੰ ਪੱਗ ਨੂੰ, ਇੱਕ ਪਾਸੇ ਕੋਈ ਚਾਦਰੇ ਮੰਨ ਰਿਹਾ, ਕੋਈ ਕਿਸੇ 'ਤੇ ਪੱਗ ਬੰਨ ਰਿਹਾ। ਮੈਂ ਕਿਹਾ ਯਾਰ ਆਹ ਤਾਂ ਮੇਲਾ ਹੀ ਹੋ ਗਿਆ, ਕੰਮ ਸੈੱਟ ਹੋ ਗਿਆ ਬਾਲ। ਅਸੀਂ ਆਪਾਂ ਗਏ ਸੀ ਜਦੋਂ ਡਿਪਲੋ ਭਾਈ ਦੇ ਘਰ, ਅਤੇ ਉੱਥੇ ਸਰਦਾਰ ਜੀ ਮਿਲੇ ਸੀ ਜਿਹੜੇ ਭਾਅ ਜੀ ਜੱਗੀ ਭਾਅ ਜੀ, ਅਤੇ ਉਹ ਜਦੋਂ ਕਹਿੰਦਾ ਮੈਂ ਬਹੁਤ ਫੈਸਟੀਵਲ ਮੈਂ ਅਟੈਂਡ ਕੀਤੇ ਆ, ਪਰ ਜਦੋਂ ਮੈਂ ਕੋਚੀਲਾ 'ਚ ਕਹਿੰਦਾ ਆਪਣੇ ਬੰਦੇ ਦੇਖੇ, ਮੈਂ ਐਡੀਆਂ ਪੱਗਾਂ ਦੇਖੀਆਂ, ਕਹਿੰਦਾ ਯਾਰ ਮੈਂ ਭਾਵੁਕ ਹੋ ਗਿਆ। ਉਹ ਕਹਿੰਦਾ ਵੀ ਭਾਵੁਕ ਹੋ ਗਿਆ ਸੀ, ਮਤਲਬ ਉਹਦੀ ਅੱਖਾਂ 'ਚ ਹਾਂਜੀ ਸੀ ਜਦੋਂ ਉਹਨੇ ਮੈਨੂੰ ਗੱਲ ਕੀਤੀ, ਕਹਿੰਦਾ ਯਾਰ ਮੈਂ ਬਹੁਤ ਫੈਸਟੀਵਲ ਅਟੈਂਡ ਕੀਤੇ ਆ ਪਰ ਆਪਣੇ ਬੰਦੇ ਨਹੀਂ ਸੀ ਦੇਖੇ ਕਦੇ ਵੀ। ਸੋ ਆਪਣੇ ਬੰਦੇ ਦੇਖ ਕੇ ਕਹਿੰਦਾ ਯਾਰ ਮੇਰਾ ਸਿਰਫ ਮਨ ਭਰਿਆ। ਸ਼ੋਅ ਤੋਂ ਜਸਟ ਪਹਿਲਾਂ ਮੇਰੀ ਇਹ ਫੀਲਿੰਗ ਸੀ ਵੀ ਇੱਥੇ ਫਸ ਗਏ ਗੇ, ਵਿੱਚ ਬੰਦੇ ਨਾ ਤੁਰੇ ਫਿਰਦੇ, ਵਿੱਚ ਆਪਣੇ ਵੀ ਸੀਗੇ ਪਰ ਹੋਰ ਵੀ ਜਨਤਾ ਬਹੁਤ ਸੀਗੀ, ਅਤੇ ਮੈਨੂੰ ਇਹ ਸੀ ਵੀ ਯਾਰ ਪਤਾ ਨਹੀਂ ਕੀ ਇਹਨਾਂ ਨੂੰ ਮੇਰੇ ਸਮਝ ਵੀ ਆਊਗਾ ਮੈਂ ਕੀ ਕਰਨ ਲੱਗਾ ਜਾਂ ਕੀ ਨਹੀਂ ਕਰਨ ਲੱਗਾ। ਓਕੇ, ਜਿਹਨਾਂ ਨੇ ਕੁਛ ਜਿਹੜਾ ਰੀਅਲ ਅਟੈਂਡ ਨਹੀਂ ਕੀਤਾ ਮੈਂ ਤੁਹਾਨੂੰ ਦੱਸਦਾ ਕੀ ਕਰਦੇ ਆ, ਉਹ ਨਾ ਅੰਡਰ ਆਰਟਿਸਟਾਂ ਦੀਆਂ ਪਰਫੋਰਮੈਂਸ ਹੋ ਰਹੀਆਂ ਨਾ, ਉਹ ਇੱਥੇ ਪਰਫੋਰਮ ਜਿਹੜਾ ਕਰਦਾ ਆਰਟਿਸਟ ਉੱਥੇ ਖੜ੍ਹੇ ਪਰਫੋਰਮ ਸੁਣੀ ਜਾਂਦੇ ਆ ਨਾ, ਜਦੋਂ ਦੂਜੇ ਪਾਸੇ ਕੋਈ ਹੋਰ ਕਲਾਕਾਰ ਲੱਗ ਜਾਂਦਾ ਫਿਰ ਉਹ ਉੱਧਰ ਨੂੰ ਭੱਜ ਜਾਂਦੇ ਆ ਜਦੋਂ ਸਟੇਜ ਖਾਲੀ ਹੋ ਜਾਂਦੀ ਹੈ ਨਾ, ਫਿਰ ਉੱਧਰੋਂ ਜਦੋਂ ਅਗਲੇ ਆਰਟਿਸਟ ਨੇ ਆਉਣਾ ਟਾਈਮ ਹੁੰਦਾ ਤਾਂ ਉਹ ਤਾਂ ਭੱਜ ਕੇ ਇੱਧਰ ਆ ਜਾਂਦੇ। ਮਤਲਬ ਇੱਕ ਆਰਟਿਸਟ ਤੋਂ ਬਾਅਦ ਇੱਦਾਂ ਨਹੀਂ ਕਿ ਲੋਕ ਖੜ੍ਹੇ ਆ, ਲੋ ਇੱਕ ਆਰਟਿਸਟ ਚਲਾ ਗਿਆ ਲੋਕ ਸਾਰੇ ਚਲੇ ਜਾਂਦੇ ਆ ਹੋਰ ਵੀ ਹੋਰ, ਅਤੇ ਉਹ 20 ਮਿੰਟ ਜਿਹੜੇ ਆਰਟਿਸਟ ਦੀ ਹੁੰਦੀ ਆ ਬ੍ਰੇਕ ਹੁੰਦੀ ਆ, ਜਿਹਨੇ ਆਰਟਿਸਟ ਨੇ ਪਰਫੋਰਮ ਕਰਨਾ ਉਹਦੇ ਜਿਹੜੇ ਸਾਰੇ ਲੱਗਣੇ ਹੁੰਦੇ ਸਾਜ ਜਾਂ ਹੋਰ ਚੀਜ਼ਾਂ, ਉਹ 20 ਮਿੰਟ ਦੇ ਵਿੱਚ ਜਿਹੜੇ ਆਉਣਾ। ਅਦਰਵਾਈਜ਼ ਜੇ ਕੋਈ ਉਹਨਾਂ ਗੱਲੇ ਦਾ ਫੇਵਰੇਟ ਆਰਟਿਸਟ ਲੱਗਾ ਹੋਇਆ ਤਾਂ ਜ਼ਰੂਰੀ ਕੋਈ ਤੁਹਾਡੇ ਲਈ ਆਉਣਗੇ ਵੀ। ਸੋ ਓਬਵੀਅਸਲੀ ਇੱਥੇ ਗੋਰੇ ਆ ਅਤੇ ਉਹਨਾਂ ਦੇ ਫੇਵਰੇਟ ਆਰਟਿਸਟ ਮੈਂ ਥੋੜ੍ਹਾ ਹੁੰਦਾ ਉਹਨਾਂ ਦਾ ਫੇਵਰੇਟ ਆਰਟਿਸਟ, ਬਾਕੀ ਹੋਣਗੇ ਉਹਨਾਂ ਦੇ ਫੇਵਰੇਟ ਆਰਟਿਸਟ। ਅਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਕੀ ਮਾਹੌਲ ਬਣੂਗਾ, ਸਮਝ ਕਿਸੇ ਨੂੰ ਆਊਗੀ ਕੋਈ ਇੱਧਰ ਨੂੰ ਆਊਗਾ ਵੀ, ਪਰ ਵਧੀਆ ਰਿਹਾ ਸ਼ੁਕਰ ਮਹਾਰਾਜ ਦਾ ਬਹੁਤ। ਨਹੀਂ ਨਹੀਂ ਬਿਲਕੁਲ ਐਕਸਪੈਕਟਡ ਨਹੀਂ ਸੀ, ਮੈਨੂੰ ਇਹਨਾਂ ਦਾ ਪਤਾ ਸੀ ਕਿ ਲਾਈਵ ਚਲਾਉਂਦੇ ਆ ਪੂਰਾ, ਜਿਹੜੇ ਘਰ ਬੈਠੇ ਉਹ ਵੀ ਦੇਖ ਸਕਦੇ ਆ, ਪਰ ਉਦੋਂ ਬਾਅਦ ਇਹ ਰਿਸਪੋਂਸ ਆਊਗਾ ਇਹ ਨਹੀਂ ਸੀ ਮੈਨੂੰ ਪਤਾ, ਪਰ ਮੈਨੂੰ ਇੱਦਾਂ ਪਤਾ ਸੀ ਵੀ ਇੱਕ ਕੁਛ ਡਿਫਰੈਂਟ ਤਾਂ ਹੋਇਆ ਜਿਹੜਾ ਅੱਜ ਤੋਂ ਪਹਿਲਾਂ ਨਹੀਂ ਹੋਇਆ, ਇੰਨਾ ਤਾਂ ਮੈਨੂੰ ਪਤਾ ਸੀ, ਪਰ ਹਿਸਟੋਰਿਕ ਮੂਵਮੈਂਟ ਆ ਇਹ ਵੀ ਮੈਨੂੰ ਪਤਾ ਸੀ, ਪਰ ਉਹ ਰਿਸਪੋਂਸ ਕੀ ਆਉਣਾ ਇਹ ਨਹੀਂ ਸੀ ਪਤਾ। ਸੋ ਚਲੋ ਸਾਰਿਆਂ ਦਾ ਥੈਂਕ ਯੂ ਜੀ, ਬਹੁਤ ਸਾਰਿਆਂ ਨੇ ਪਿਆਰ ਦਿੱਤਾ ਜੀ, ਧੰਨਵਾਦ।
ਡਿਪਲੋ ਨੂੰ ਅਸੀਂ ਵੀਰ ਨੂੰ ਘਰ ਮਿਲ ਕੇ ਆਏ, ਬੰਦਾ ਵਧੀਆ, ਬਹੁਤ ਘੈਂਟ ਬੰਦਾ, ਵਧੀਆ ਬੰਦਾ। ਅਤੇ ਉਹ ਕਹਿੰਦੇ ਮੈਂ ਕੁਛ 2016-17 ਦਾ ਕਹਿੰਦੇ ਟੋਕ ਅਬਾਊਟ ਚੱਲਦੀ ਸੀ ਗਾਣਾ ਕਰਨ ਦੀ, ਉਹਨਾਂ ਦੇ ਕੋਈ ਫਰੈਂਡ ਸੀਗੇ ਡਿਪਲੋ ਡਿਪਲੋ ਦੇ, ਉਹ ਕਹਿੰਦੇ ਸੀ ਦਿਲਜੀਤ ਨਾਲ ਗਾਣਾ ਕਰੋ। ਅਤੇ ਡਿਪਲੋ ਨੇ ਮੈਨੂੰ ਵੀਰ ਨੇ ਮੈਸੇਜ ਵੀ ਕੀਤਾ ਸੀ ਪਿਛਲੇ ਸਾਲ, ਮੇਰੇ ਇੰਸਟਾਗ੍ਰਾਮ ਦੇ ਮੈਸੇਜ ਬੰਦ ਆ ਤਾਂ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਉਹਨੇ ਮੈਸੇਜ ਕੀਤਾ। ਹੁਣ ਜਦੋਂ ਮੈਂ ਉਹਨੂੰ ਟੈਗ ਕਰਕੇ ਸਟੋਰੀ ਪਾਈ ਤਾਂ ਮੈਂ ਉਹਦੇ ਮੈਸੇਜ ਦੇਖੇ ਪਿਛਲੇ ਸਾਲ ਦਾ, ਮੈਨੂੰ ਪਤਾ ਨਹੀਂ ਸੀ ਉਹਨਾਂ ਨੂੰ ਮੈਸੇਜ ਕੀਤਾ। ਅਤੇ ਬਟ ਉਹ ਤਾਂ ਭੰਗੜਾ ਵੀ ਵਧੀਆ ਪਾਉਂਦਾ ਡਿਪਲੋ ਬਾਈ, ਡਿਪਲੋ ਜਾਟਾ ਹੁਣ ਬਹੁਤ ਵਧੀਆ। ਅਸੀਂ 2 ਗਾਣੇ ਕੀਤੇ ਆ, ਮੈਂ 2 ਗਾਣਿਆਂ ਦੀ ਵੋਕਲ ਕੀਤੀ ਹੈ। ਸੋ ਦੇਖੋ ਜਿਹੜਾ ਵਧੀਆ ਬਣਦਾ, ਅਤੇ ਪਰ ਬਹੁਤ ਵਧੀਆ ਲੱਗਾ ਉਹਦੇ ਘਰ ਜਾ ਕੇ, ਬਹੁਤ ਬਹੁਤ ਫਨ ਕੀਤਾ, ਉਹਨਾਂ ਦੇ ਗੁਆਂਢੀਆਂ ਨੂੰ ਵੀ ਮਿਲੇ। ਅਤੇ ਇਫ ਯੂ ਨੋ ਯੂ ਨੋ, ਲੱਡੂ ਜੀ ਨੂੰ ਵੀ ਪਤਾ। ਜੱਟ ਰਸ ਕੋਚ ਪੀਣੀਆ ਨੀ ਤੂੰ ਆਪਣੇ ਲਈ ਕੋਕਾ ਕੋਲਾ ਦੇਖ ਲਈ ਜੱਟ ਨੇ ਸਕੋਚ ਪੀਣੀ ਆ ਡਨ ਡਨ ਨਨ 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 ਕੋਕਾ ਕੋਲਾ ਦੇਖ ਲਈ ਉਹ ਜੱਟ ਨੇ ਸਕੋਚ ਪੀਣੀ ਆ ਅਸੀਂ ਸੈਕਿੰਡ ਸ਼ੋਅ ਦੀ ਪ੍ਰੈਪ ਕੀਤੀ ਸੀ। ਪਹਿਲਾਂ ਤਾਂ ਸੀ ਮੱਛੀ ਵਾਲੇ ਪਕੌੜੇ, ਅਤੇ ਫਿਰ ਸੀਗਾ ਤੰਦੂਰੀ ਚਿਕਨ, ਗੋਭੀ, ਹੈਂਜੀ, ਦੈਨ ਗੁਲਾਬ ਜਾਮਣਾ ਅਤੇ ਰਸ ਮਲਾਈ। ਇਹ ਅਸੀਂ ਸਾਰਾ ਕੁਝ ਖਾ ਬੈਠੇ ਹਾਂ, ਬਾਕੀ ਹੁਣ ਅਸੀਂ ਕੱਲ੍ਹ ਦੇਖਾਂਗੇ ਕੀ ਕਰਨਾ ਉੱਥੇ ਜਾ ਕੇ। ਇਹ ਸਾਡੀ ਪ੍ਰੈਪਰੇਸ਼ਨ ਆ। ਵਾ ਤੁਸੀਂ ਦੇਖੋ ਇਹ ਕੀ ਕਿੰਨਾ ਕੁ ਖਾ ਲਿਆ, ਹੁਣ ਤੁਸੀਂ ਕੀ ਐਕਸਪੈਕਟ ਕਰਦਾ ਸਾਡੇ ਤੋਂ, ਇਹ ਹੁਣ ਤੁਸੀਂ ਦੇਖੋ ਅਸੀਂ ਤਾਂ ਹੁਣ ਖਾ ਬੈਠੇ ਹਾਂ ਬਾਈ। ਹਾਲਾਂਕਿ ਮੈਂ ਨਹੀਂ ਖਾਧਾ, ਮੈਂ ਕਿਹਾ ਚਲੋ ਮੈਂ ਕੱਲ੍ਹ ਖਾਊਂਗਾ, ਹੁਣ ਕੱਲ੍ਹ ਕਰੂੰਗਾ ਚੀਟ। ਕੱਲ੍ਹ ਤੁਸੀਂ ਮੇਰੀ ਪਲੇਟ ਦੇਖਿਓ ਵੱਡੀ ਭਰੀ ਹੋਊਗੀ, ਅੱਜ ਮੈਂ ਸਲਾਦ ਹੀ ਖਾਧਾ ਕੱਲ੍ਹ, ਕਿਉਂਕਿ ਕੱਲ੍ਹ ਨੂੰ ਪਾਉਣਾ ਜ਼ਿੰਮੇਵਾਰੀ ਨਾ ਆਦਮੀ ਕੋਈ ਚੀਜ਼ ਹੁੰਦੀ ਬੰਦੇ 'ਤੇ। ਜੋ ਕੱਲ੍ਹ ਹੋਏਗਾ ਉਹ ਕੱਲ੍ਹ ਹੋਏਗਾ, ਮਲੀ ਸਾਹਿਬ ਤੁਹਾਨੂੰ ਰਿਕਾਰਡ ਕਰਕੇ ਦੱਸਣਗੇ ਕੱਲ੍ਹ ਕੀ ਹੋਏਗਾ, ਦੇਖੋ ਕੀ ਹੁੰਦਾ। ਜੋ ਕਰਦਾ ਮਹਾਰਾਜ ਚੰਗਾ ਹੀ ਕਰਦਾ। Or let us ask.
Let's go. ਪਾਣੀ ਲੈ ਕੇ ਆਓ, ਪਾਣੀ ਨੂੰ ਗਰਮ ਕਰਕੇ ਕਾਫੀ ਘੋਲ ਲਈ ਵਿੱਚ। ਕਾਫੀ ਪਹਿਲਾਂ ਪਾ ਕੇ ਮਾਈਕ੍ਰੋਵੇਵ 'ਚ ਰੱਖਾਂ ਜਾਂ ਬਾਅਦ 'ਚ? ਭਾਈ ਠੀਕ ਹੈ, ਤੁਹਾਡਾ ਠੀਕ ਹੀ ਲੱਗ ਰਿਹਾ। ਫਰੋਕਸ? ਫਰੋਥ ਫਰੋਥ ਫਰੋਥ, ਹਾਂਜੀ, ਮਤਲਬ ਝੱਗ ਬਣਾ ਲਈ, ਝੱਗ ਜੀ, ਝੱਗ ਝੱਗ ਕਰ ਲਈ। ਓਏ ਹੋਏ ਹੋਏ ਮੈਨੂੰ 15 ਬੋਲੀ ਚੱਕ ਵੀ ਪਾ ਦੋਲੀ ਚੱਕ ਵੀ ਪਾ ਦਿਓ ਜੋ ਜਾਵੇ ਸੀਨਾ ਠਾਰ ਦੀ ਉਹ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮਟਿਆਰ ਦੀ ਉਹ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮਟਿਆਰ ਦੀ ਸਕਰੀਨ ਨਹੀਂ ਲਾਈ। ਉਹ ਚੱਕ ਦਿਆਂਗੇ ਚੱਕ ਦਿਆਂਗੇ, ਚਿੰਤਾ ਨਾ ਕਰ। ਗੱਲ ਸੁਣ, ਮਿੱਠੇ ਮਿੱਠੇ ਗਾਣੇ ਨਾ ਸੁਣਾ, ਚੱਕ ਮੀ ਬੀਟ ਲਾ ਦੇ ਬੈਰੀ ਨੂੰ ਬੁਲਾ, ਨਾਲਿਆ ਨਾਲਿਆ ਨੀ ਜੱਟ ਦੇ ਭਰਾ, ਕਰਦੇ ਕਰਦੇ ਨੀ ਡੋਲਿਆਂ ਦੀ ਸ਼ਾਨ। ਹਾਲੇ ਭਾਜੀ
ਕਿਹਾ ਸੀ ਨਾ ਪੰਜਾਬੀ ਆ ਗਏ ਛੇਤੀ ਨਹੀਂ ਆਉਂਦੇ, ਆ ਗਏ ਦੁਬਾਰਾ ਫੇਰ ਆ ਗਏ ਅੱਗ ਕੱਢ ਦਿਆਂਗੇ ਅੱਗ ਉਹਨੇ ਅੱਗ ਕੱਢ ਦਿਆਂਗੇ ਅੱਗ ਗੱਲ ਮੱਲੀ ਥੈਂਕ ਯੂ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ, ਸਾਰੇ ਗੋਰਿਆਂ ਦਾ ਥੈਂਕ ਯੂ, ਸਾਰੇ ਹੋਰ ਕਮਿਊਨਿਟੀ ਦਾ ਸਾਰਿਆਂ ਦਾ ਥੈਂਕ ਯੂ, ਮੇਰੇ ਹਿਪ ਹੋਪ ਭਰਾਵਾਂ ਦਾ ਵੀ ਥੈਂਕ ਯੂ ਬਹੁਤ ਸਪੋਰਟ ਕਰਦੇ, ਇੱਕ ਤਾਂ ਮੇਰੀ ਹਿਪ ਹੋਪ ਫੈਨ ਬਣੀ ਇੱਥੇ ਮੇਰੀ ਪਹਿਲੀ ਹਿਪ ਹੋਪ ਫੈਨ, ਅੱਜ ਬਹੁਤ ਆਨੰਦ ਆਇਆ, ਥੈਂਕ ਯੂ, ਇਹ ਹਿਸਟਰੀ ਦਾ ਪਾਰਟ ਆ ਸਾਡੇ ਪੰਜਾਬੀਆਂ ਲਈ, ਪੰਜਾਬੀ ਆ ਗਿਆ ਹੁਣ ਛੇਤੀ ਨਹੀਂ ਜਾਂਦੇ ਕਚੀਨਾ We dance to the beats of Diljit at Coachella. Group 2! Thank you, buddy.